वाहिगुरु जी का खालसा, वाहिगुरु जी की फतेह। गुरु रूप प्यारी सतसंग, तुसी देख रहे हो दा पंजाब लाइव। अज दी अपनी गलबात दा विषय बड़ा महत्वपूर्ण है। अज आपां गल सुपनियां दे बारे करनी है, ते इह सुपने खास तौर ते आपां घड़े दे संबंध विच, पाणियां दे संबंध विच करने हन। बहुत सारे लोग कहिंदे ने कि साडे सुपनियां दे विच अक्सर पाणी आउंदा है, ते सुपनियां दे बारे महारत रखण वाले लोग कहिंदे ने कि पाणी दा सुपना आउणा कई किस्म दे संकेत दिंदा है। पाणी दा सुपना कई प्रकार नाल आउंदा है। कदे मनुख पाणी दे विच हुंदा है, कदे पाणी पीण बारे भी सुपना आउंदा है, कदे कदे निरंतर वहा दे सुपने आउंदे हन। सो हर एक सुपने दा एक अलग मतलब है। कोशिश करांगे इस दे बारे जानण दी, ते फिर कोशिश करांगे इस दे उत्ते चानणा पाउण दी कि गल किन्नी कु सच है ਤੇ ਕਿੰਨਾ ਕੁ ਇਹਦੇ ਬਾਰੇ ਵਹਿਮ ਭਰਮ ਹੈ। ਅਕਸਰ ਹਰ ਇੱਕ ਇਨਸਾਨ ਦਾ ਇਹ ਤਜਰਬਾ ਰਿਹਾ ਹੋਵੇਗਾ ਕਿ ਨੀਂਦ ਦੇ ਵਿੱਚ ਜਦੋਂ ਅਸੀਂ ਸੁੱਤੇ ਪਏ ਹਾਂ, ਉਦੋਂ ਅਜਿਹਾ ਸੁਪਨਾ ਆਉਂਦਾ ਕਿ ਅਸੀਂ ਪਾਣੀ ਦੀ ਭਾਲ ਵਿੱਚ ਤੁਰੇ ਫਿਰਦੇ ਹਾਂ, ਸਾਨੂੰ ਪਾਣੀ ਨਹੀਂ ਮਿਲ ਰਿਹਾ ਹੁੰਦਾ। ਸੁਪਨਿਆਂ ਦੇ ਬਾਰੇ ਮਹਾਰਤ ਰੱਖਣ ਵਾਲੇ ਲੋਕ ਕਹਿੰਦੇ ਨੇ ਅਜਿਹੇ ਦੇ ਵਿੱਚ ਤੁਹਾਨੂੰ ਸੰਕੇਤ ਇਹ ਮਿਲਦਾ ਹੈ ਕਿ ਤੁਸੀਂ ਲਗਾਤਾਰ ਹੱਥ ਪੈਰ ਮਾਰ ਰਹੇ ਹੋ ਸਫਲਤਾ ਦੇ ਲਈ, ਕਾਮਯਾਬੀ ਦੇ ਲਈ। ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ, ਆਉਣ ਵਾਲੇ ਨੇੜਲੇ ਭਵਿੱਖ ਵਿੱਚ ਵੀ ਤੁਹਾਨੂੰ ਮਿਹਨਤ ਦਾ ਅਤੇ ਸਫਲਤਾ ਦੇ ਪਿੱਛੇ ਭੱਜਦਾ ਉੱਡਦਾ ਹੀ ਸੰਕੇਤ ਮਿਲਦਾ ਹੈ। ਪਰ ਕੁਛ ਲੋਕਾਂ ਦਾ ਇਹ ਮੰਨਣਾ ਹੈ ਕਿ ਜਦੋਂ ਅਸਲ ਵਿੱਚ ਇੱਕ ਇਨਸਾਨ ਨੂੰ ਪਾਣੀ ਦੀ ਢੇ ਲੱਗੀ ਹੁੰਦੀ ਹੈ, ਪਿਆਸ ਲੱਗੀ ਹੁੰਦੀ ਹੈ, ਉਦੋਂ ਸੁਪਨੇ ਵਿੱਚ ਵੀ ਅਕਸਰ ਪਿਆਸ ਵਾਲੇ, ਪਾਣੀ ਦੀ ਭਾਲ ਵਾਲੇ ਸੁਪਨੇ ਆ ਜਾਂਦੇ ਨੇ। ਇਸ ਕਰਕੇ ਇਸ ਦੇ ਸੰਬੰਧ ਵਿੱਚ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਦੂਜੀ ਗੱਲ, ਅਸੀਂ ਕਈ ਵਾਰੀ ਨਿਰੰਤਰ ਪਾਣੀ ਦਾ ਵਹਾਅ ਦੇਖਦੇ ਹਾਂ। ਕੋਈ ਵੱਡੀ ਨਹਿਰ ਹੁੰਦੀ ਹੈ, ਦਰਿਆ ਵੀ ਹੋ ਸਕਦਾ ਹੈ, ਕਿਤੇ ਪਹਾੜ ਤੋਂ ਪਾਣੀ ਡਿੱਗਦਾ ਨਜ਼ਰ ਆਉਂਦਾ ਹੈ। ਉਹਦੇ ਬਾਰੇ ਸੁਪਨਿਆਂ ਦੀ ਮਹਾਰਤ ਰੱਖਣ ਵਾਲੇ ਲੋਕਾਂ ਦਾ ਇਹ ਮੰਨਣਾ ਕਿ ਇਹ ਤੁਹਾਡੀ ਭਵਿੱਖ ਵਿੱਚ ਚੜ੍ਹਾਈ ਦਾ ਸੰਦੇਸ਼ ਹੈ। ਨਿਰੰਤਰ ਵਹਾਅ ਦਾ ਮਤਲਬ ਹੁੰਦਾ ਹੈ ਕਿ ਲਗਾਤਾਰ ਤੁਸੀਂ ਆਪਣੀ ਕਾਮਯਾਬੀ ਵੱਲ ਜਾ ਰਹੇ ਹੋ, ਲਗਾਤਾਰ ਤੁਸੀਂ ਮਿਹਨਤ ਕਰ ਰਹੇ ਹੋ, ਅਤੇ ਉਸ ਮਿਹਨਤ ਨੂੰ ਨੇੜਲੇ ਭਵਿੱਖ ਵਿੱਚ ਜ਼ਰੂਰ ਪੂਰ ਪਵੇਗਾ, ਫਲ ਪਵੇਗਾ। ਅਜਿਹਾ ਉਹਨਾਂ ਲੋਕਾਂ ਦਾ ਮੰਨਣਾ ਹੈ। ਹੁਣ ਇਸ ਗੱਲ ਵਿੱਚ ਕਿੰਨੀ ਸੱਚਾਈ ਕਿੰਨੀ ਨਹੀਂ, ਇਹ ਤਾਂ ਰੱਬ ਜਾਣਦਾ ਹੈ। ਅਗਲੀ ਗੱਲ, ਕਈ ਲੋਕਾਂ ਦਾ ਇਹ ਮੰਨਣਾ ਕਿ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਘੜਾ ਦਿਸਦਾ ਹੈ ਪਾਣੀ ਨਾਲ ਭਰਿਆ ਹੋਇਆ, ਤਾਂ ਇਹ ਇੱਕ ਸ਼ੁਭ ਸੰਕੇਤ ਹੈ, ਭਵਿੱਖ ਵਿੱਚ ਤੁਹਾਡੇ ਨਾਲ ਚੰਗਾ ਵਾਪਰਨ ਵਾਲਾ ਹੈ। ਉੱਥੇ ਕੁਛ ਲੋਕ ਇਹ ਕਹਿੰਦੇ ਨੇ ਕਿ ਸੁਪਨਿਆਂ ਦਾ ਸੰਬੰਧ ਸਾਡੀ ਅਨਕੌਂਸ਼ੀਅਸ ਜਿਹੜਾ ਦਿਮਾਗ ਹੈ ਉਸ ਦੇ ਨਾਲ ਹੈ। ਉਹਦੇ ਵਿੱਚ ਕਹਿੰਦੇ ਤੁਸੀਂ ਕੁਛ ਵੀ ਮਰਜ਼ੀ ਦੇਖ ਲਵੋ, ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਨਾਲ ਚੰਗਾ ਜਾਂ ਬੁਰਾ ਹੋਵੇਗਾ। ਕਈ ਲੋਕ ਇਹ ਕਹਿੰਦੇ ਨੇ ਕਿ ਅਸੀਂ ਕੋਈ ਨਾ ਕੋਈ ਚੀਜ਼ ਬਣਾਉਂਦੇ ਹਾਂ ਪਾਣੀ ਦੇ ਨਾਲ ਸੰਬੰਧਿਤ, ਪਾਣੀ ਨੂੰ ਸਾਂਭਣ ਨਾਲ ਸੰਬੰਧਿਤ, ਤਾਂ ਇਹਦਾ ਮਤਲਬ ਇਹ ਕੱਢਦੇ ਨੇ ਕਿ ਤੁਸੀਂ ਆਪਣੇ ਭਵਿੱਖ ਨੂੰ ਬਣਾ ਰਹੇ ਹੋ, ਤੁਸੀਂ ਭਵਿੱਖ ਦੇ ਲਈ ਅਸਾਸੇ ਜੋੜ ਰਹੇ ਹੋ, ਤੁਸੀਂ ਮਾਇਆ ਕਮਾਉਣ ਦੇ ਢੰਗ ਜੋੜ ਰਹੇ ਹੋ, ਤਰੀਕੇ ਜੋੜ ਰਹੇ ਹੋ। ਪਰ ਜਿਹੜੇ ਲੋਕ ਕਿੰਤੂ ਕਰਦੇ ਨੇ, ਜਿਹੜੇ ਲੋਕ ਹਮੇਸ਼ਾ ਕਹਿੰਦੇ ਨੇ ਕਿ ਹਰ ਗੱਲ ਸੁਪਨਿਆਂ ਦੇ ਨਾਲ ਸੰਬੰਧਿਤ ਸੱਚੀ ਨਹੀਂ, ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜਾ ਦਿਮਾਗ ਦਾ ਉਹ ਹਿੱਸਾ ਜੋ ਆਪਣੇ ਆਪ ਚੱਲਦਾ ਹੈ, ਜਿਸਨੂੰ ਸਵੈ ਚਲਿਤ ਹਿੱਸਾ ਕਹਿੰਦੇ ਨੇ, ਇਹ ਸੁਪਨੇ ਸਿਰਫ ਉਸਦੀ ਕਾਢ ਨੇ, ਉਸ ਤੋਂ ਇਲਾਵਾ ਹੋਰ ਕੁਛ ਨਹੀਂ। ਭਵਿੱਖ ਬਣਨਾ ਹੈ ਕਿ ਭਵਿੱਖ ਦੇ ਤਾਰੇ ਗਰਦਿਸ਼ ਵਿੱਚ ਜਾਣੇ ਨੇ, ਭਵਿੱਖ ਨੇ ਤੁਹਾਡੇ ਨੇ ਉਜਵਲ ਹੋਣਾ ਹੈ ਕਿ ਹਨੇਰਾ ਹੋਣਾ ਹੈ, ਇਸਦਾ ਫੈਸਲਾ ਤੁਹਾਡੇ ਹੱਥਾਂ ਨੇ, ਤੁਹਾਡੀ ਮਿਹਨਤ ਨੇ ਤੈਅ ਕਰਨਾ। ਉਹਨਾਂ ਲੋਕਾਂ ਦਾ ਇਹ ਮੰਨਣਾ। ਸੋ ਮਰਜ਼ੀ ਆਪਣੀ ਹੈ, ਆਪਾਂ ਕਿਹੜੀ ਗੱਲ ਨਾਲ ਸਹਿਮਤ ਹੋਣਾ ਹੈ, ਕਿਹੜੀ ਨਾਲ ਅਸਹਿਮਤ ਹੋਣਾ ਹੈ।